ਸ਼ਹਿਰ ਦੇ ਵਿੱਚ ਕਿਸੇ ਵੀ ਹੁਲੜਬਾਜ਼ ਨੂੰ ਸ਼ਰਾਰਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰਾਤ ਨੂੰ 1-2 ਵਜੇ ਤੱਕ ਪੁਲਿਸ ਦੀ ਪੈਟਰੋਲਿੰਗ ਸ਼ਹਿਰ ਦੇ ਵਿੱਚ ਲਗਾਤਾਰ ਜਾਰੀ ਰਹੇਗੀ। ਉਸ ਦੇ ਲਈ ਸਦਰ ਪੁਲਿਸ ਵੱਲੋਂ ਵੀ ਇਸ ਦੇ ਵਿੱਚ ਪੂਰੀ ਕਾਰਵਾਈ ਕੀਤੀ ਗਈ ਹੈ ਔਰ ਇਸ ਟਾਈਮ ਹਰ ਆਉਣ ਜਾਣ ਵਾਲੇ ਵਾਹਨ ਦੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਨਵੇਂ ਸਾਲ ਦੇ ਸੰਬੰਧ ਵਿੱਚ ਅਸੀਂ ਜਿਹੜੇ ਸ਼ਹਿਰ ਸਮਾਣਾ ਦੇ ਵਿੱਚ ਜਿਹੜੇ ਪੁਆਇੰਟ ਨੇ ਸਾਡੇ ਕਾਫੀ ਪੁਆਇੰਟਾਂ ਤੇ ਅਸੀਂ ਨਾਕਾਬੰਦੀ ਕੀਤੀ ਗਈ ਹੈ ਔਰ ਸਾਡੇ ਗਸਤਾਂ ਨੇ ਕੁਝ ਸਾਡੀਆਂ ਗਸਤਾਂ ਜਿਹੜੇ ਪੈਦਲ ਨੇ ਔਰ ਵਹੀਕਲਾਂ ਦੇ ਉੱਤੇ ਗਸਤਾਂ ਨੇ। ਇਸ ਤੋਂ ਇਲਾਵਾ ਜਿਹੜੇ ਸਾਡੇ ਸਦਰ ਥਾਣੇ ਦੀ ਫੋਰਸ ਦੀ ਵੀ ਅਸੀਂ ਹੈਲਪ ਲਈ ਹੈ, ਉਹ ਵੀ ਸ਼ਹਿਰ ਦੇ ਵਿੱਚ ਜਿਹੜੇ ਆਪਣੇ ਗਸਤ ਕਰਨਗੇ। ਇਹ ਗਸਤ ਸਾਡੀ ਰਾਤ ਨੂੰ ਰਹੂਗੀ ਜੀ, 3 ਵਜੇ ਤੱਕ ਗਸਤ ਰਹੂਗੀ। ਜਿਹੜੇ ਆਮ ਦੁਕਾਨਦਾਰ ਨੇ ਜਾਂ ਹੋਰ ਨੇ ਉਹ ਹਦਾਇਤਾਂ ਹੈਗੀਆਂ ਜਿਵੇਂ 1 ਵਜੇ ਤੱਕ ਖੋਲ੍ਹਣ ਲੈ। ਕੋਈ ਵੀ ਸ਼ਹਿਰ ਦੇ ਵਿੱਚ ਹੁੱਲੜਬਾਜ਼ੀ ਕਰੂਗਾ ਉਹਦੇ ਖਿਲਾਫ਼ ਜਿਹੜੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ ਅਤੇ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ। ਪਰ ਰਾਈਡਿੰਗ ਹੋ ਗਈ, ਪੜਾਕੇ ਮਾਰਨਾ, ਮੋਟਰਸਾਈਕਲਾਂ ਦੇ ਬਿਨਾਂ ਨੰਬਰ ਦੇ ਹੋਰ ਦੇ ਅਸੀਂ ਚਲਾਨ ਕਰ ਰਹੇ ਹਾਂ, ਪਹਿਲਾਂ ਵੀ ਚਲਾਨ ਕੀਤੇ ਗਏ ਨੇ ਅਤੇ ਹੁਣ ਵੀ ਸਾਡੀ ਜਿਹੜੀ ਫੋਰਸ ਹੈ ਲਗਾਤਾਰ ਚਲਾਨ ਕਰ ਰਹੀ ਹੈ। ਕੈਮਰਾਮੈਨ BK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।